ਸ਼ਹੀਦੀ ਪਿੰਡ ਦੀ ਸ਼ੁਰੂਆਤੀ ਕੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਣਾਇਆ ਇਹ ਅਜਿਹਾ ਦੂਜਾ ਕਿਲ੍ਹਾ ਜੋ ਕਿ ਕਿਲ੍ਹਾ ਲੋਹਗੜ੍ਹ ਤੋਂ ਬਾਅਦ ਸਭ ਤੋਂ ਮਜ਼ਬੂਤ ਮੰਨਿਆ ਗਿਆ ਅਤੇ ਇਹੀ ਉਹ ਕਿਲ੍ਹਾ ਜਿੱਥੋਂ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਅਤੇ ਆਪਣੀ ਲਾਡਲੀ ਫੌਜ ਦੇ ਨਾਲ ਪਹਾੜੀ ਰਾਜਿਆਂ ਦੀ ਬੇਨਤੀ 'ਤੇ ਚਾਲੇ ਪਾਏ ਸਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਇਹ ਕਿਲ੍ਹਾ ਬਣਵਾਇਆ ਸੀ। ਕਿਲ੍ਹਾ ਆਨੰਦਗੜ੍ਹ ਸਾਹਿਬ ਕਿਲ੍ਹਾ ਲੋਹਗੜ੍ਹ ਤੋਂ ਬਾਅਦ ਦੂਜਾ ਵੱਡਾ ਸੈਂਟਰ ਤੇ ਦੁਸ਼ਮਣ ਦੇ ਹਮਲੇ ਤੋਂ ਸਭ ਤੋਂ ਮਹਿਫੂਜ਼ ਜਗ੍ਹਾ ਸੀ। ਦੱਸਿਆ ਜਾਂਦਾ ਕਿ ਇਸ ਥਾਂ ਸ਼ਸਤਰ ਤੇ ਗੋਲਾ ਬਾਰੂਦ ਸਟੋਰ ਕੀਤਾ ਜਾਂਦਾ ਸੀ। ਮੁਗਲਾਂ ਨੇ ਪਹਿਲਾਂ ਵੀ ਇਸ ਕਿਲ੍ਹੇ ਦੇ ਅੰਦਰ ਰਹਿੰਦਿਆਂ ਗੁਰੂ ਸਾਹਿਬ ਤੇ ਕਈ ਹਮਲੇ ਕੀਤੇ ਸਨ, ਪਰ ਹਰ ਵਾਰ ਉਹਨਾਂ ਨੂੰ ਮੂੰਹ ਦਿਖਾਣੀ ਪਈ। ਇਸ ਵਾਰ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਇੱਕ ਵਿਉਂਤ ਬਣਾ ਕੇ ਚਾਲ ਚੱਲੀ। ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਇੱਕ ਚਿੱਠੀ ਲਿਖ ਕੇ ਭੇਜੀ ਤੇ ਨਾਲ ਆਟੇ ਦੀ ਨਕਲੀ ਗਊ ਭੇਜ ਕੇ ਕਸਮ ਖਾਧੀ ਕਿ ਮੁਗਲਾਂ ਵੱਲੋਂ ਹੁਣ ਕੋਈ ਵੀ ਹਮਲਾ ਨਹੀਂ ਕੀਤਾ ਜਾਵੇਗਾ, ਬਸ ਤੁਸੀਂ ਕੁਝ ਦਿਨਾਂ ਦੇ ਲਈ ਕਿਲ੍ਹਾ ਛੱਡ ਕੇ ਚਲੇ ਜਾਓ ਅਤੇ ਥੋੜੇ ਦਿਨਾਂ ਬਾਅਦ ਕਦੇ ਵੀ ਆ ਜਾਣਾ। ਇਸ ਤਰ੍ਹਾਂ ਕਰਨ ਦੇ ਨਾਲ ਸਾਡੀ ਇੱਜ਼ਤ ਰਹਿ ਜਾਵੇਗੀ। ਗੁਰੂ ਸਾਹਿਬ ਇਸ ਚਾਲ ਨੂੰ ਸਮਝ ਚੁੱਕੇ ਸਨ, ਪਰ ਮੁਗਲਾਂ ਦਾ ਭੁਲੇਖਾ ਦੂਰ ਕਰਨ ਦੇ ਲਈ ਗੁਰੂ ਜੀ ਨੇ ਪਰਿਵਾਰ ਤੇ ਸਿੰਘਾਂ ਦੀ ਫੌਜ ਸਮੇਤ ਆਨੰਦਗੜ੍ਹ ਸਾਹਿਬ ਤੋਂ ਕੀਰਤਪੁਰ ਨੂੰ ਚਾਲੇ ਪਾ ਦਿੱਤੇ। ਦੱਸਿਆ ਜਾਂਦਾ ਹੈ ਕਿ ਕੁਝ ਸਮਾਂ ਬਾਅਦ ਕਿਲ੍ਹਾ ਆਨੰਦਗੜ੍ਹ ਸਾਹਿਬ ਦੀ ਪੁਰਾਣੀ ਇਮਾਰਤ ਨੂੰ ਪਹਾੜੀ ਰਾਜੇ ਅਜਮੇਰ ਚੰਦ ਦੀ ਫੌਜ ਵੱਲੋਂ ਢਹਿ ਢੇਰੀ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਕਈ ਸਾਲਾਂ ਬਾਅਦ ਸਿੱਖਾਂ ਨੇ ਇੱਥੇ ਹੀ ਇੱਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਕੀਤਾ। ਜਦਕਿ ਉਸ ਵੇਲੇ ਕਿਲ੍ਹੇ ਦੀ ਪਹਾੜੀ ਕਾਫੀ ਕੱਚੀ ਸੀ, ਜਿਸ ਨੂੰ ਖੁਰਜਾਨ ਤੋਂ ਬਚਾਉਣ ਦੇ ਲਈ ਕਾਫੀ ਸਾਰੀਆਂ ਇੱਟਾਂ, ਪੱਥਰ, ਲੋਹਾ ਤੇ ਸੀਮਟ ਦੀ ਵਰਤੋਂ ਕਰਕੇ ਇੱਕ ਜ਼ਬਰਦਸਤ ਕੰਧ ਬਣਾਈ ਗਈ। ਹਾਲਾਂਕਿ ਇਸ ਦੇ ਅੰਦਰ ਅਜੇ ਵੀ ਪੁਰਾਣੀਆਂ ਇੱਟਾਂ ਦੇ ਨਾਲ ਬਣੇ ਕਿਲ੍ਹੇ ਦੀਆਂ ਕੁਝ ਨਿਸ਼ਾਨੀਆਂ ਢਹਿ ਚੁੱਕੀਆਂ ਇਮਾਰਤਾਂ ਦੇ ਰੂਪ ਵਿੱਚ ਨਜ਼ਰ ਆਉਂਦੀਆਂ ਨੇ। ਜਦਕਿ ਇੱਥੇ ਮੌਜੂਦ ਬੋਲੀ ਸਾਹਿਬ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵੱਲੋਂ ਬਣਾਈ ਹੋਈ ਦੱਸੀ ਜਾਂਦੀ ਹੈ। ਅੱਜ ਕੱਲ ਇਸ ਗੁਰੂ ਘਰ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ। ਅਗਲੀ ਕੜੀ ਦੇ ਵਿੱਚ ਤੁਹਾਨੂੰ ਲੈ ਕੇ ਚੱਲਾਂਗੇ ਉਸ ਥਾਂ ਤੇ ਜਿੱਥੇ ਕਿਲ੍ਹਾ ਆਨੰਦਗੜ੍ਹ ਛੱਡਣ ਤੋਂ ਬਾਅਦ ਗੁਰੂ ਜੀ ਨੇ ਆਪਣੇ ਪਰਿਵਾਰ ਤੇ ਫੌਜਾਂ ਸਮੇਤ ਡੇਰਾ ਜਮਾਇਆ ਅਤੇ ਪਹਾੜੀ ਰਾਜਿਆਂ ਨੇ ਖਾਧੀਆਂ ਕਸਮਾਂ ਤੋੜ ਹਮਲਾ ਬੋਲ ਦਿੱਤਾ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਸੁਰੂਚੀ, ਦੈਨਿਕ ਸਵੇਰਾ ਟੀਵੀ।